ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਨਾਵਾ ਮਿਆ ਗੁਰਮਿੰਦਰ ਸਿੰਘ ਸਮਦ ਇਸ ਵੇਲੇ ਸਾਡੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਐਡਵੋਕੇਟ ਜਗਤਾਰ ਸਿੰਘ ਸਿੱਧੂ ਜੀ ਮੌਜੂਦ ਨੇ ਪੰਜਾਬ ਨਾਵਾ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਅ ਜਿਵੇਂ ਕਿ ਸਾਨੂੰ ਪਤਾ ਕਿ ਸਹਾਇਕ ਪ੍ਰੋਫੈਸ਼ਨਲਾਂ ਦੀਆਂ ਨਿਯੁਕਤੀਆਂ ਜੋ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਹੀ ਇੰਨੀ ਕਾਲੀ ਚ ਕਰ ਰਹੀ ਆ ਇੰਨੀ ਜਲਦੀ ਲੱਗੀ ਹੋਈ ਆ ਕਿ ਸਾਫ ਸਾਫ ਸਾਨੂੰ ਸ਼ੱਕ ਹੋ ਰਿਹਾ ਕਿ ਕੁਝ ਨਾ ਕੁਝ ਖੁਰਾਫਾਤ ਚੱਲ ਰਹੀ ਹੈ ਜਿਸਦੀ ਕਿਸੇ ਆਵਾਜ਼ ਪਹਿਲੇ ਦਿਨ ਤੋਂ ਉਠਾ ਰਹੇ ਹਾਂ ਸਟੂਡੈਂਟਸ ਜੋ ਵਿਦਿਆਰਥੀ ਜੋ ਉਮੀਦਵਾਰ ਉਸ ਪੇਪਰ ਵਿੱਚ ਅਪੀਲ ਹੋਏ ਨੇ ਜਿਨ੍ਹਾਂ ਨੇ ਟੈਸਟ ਦਿੱਤਾ ਉਹਨਾਂ ਵਿੱਚੋਂ ਖਾਸ ਕਰਕੇ ਪਿਛਲੀ ਵਾਰ ਦਾ ਕੁਲਵਿੰਦਰ ਸਿੰਘੀ ਦਾ ਗੱਲ ਕਰੂੰਗਾ ਜਿਨ੍ਹਾਂ ਦੇ ਲਈ ਸਿੱਧੂ ਸਾਹਿਬ ਅਪੀਲ ਹੋਏ ਸੀ ਤੇ ਉਹਨਾਂ ਨੂੰ ਸਟੇ ਮਿਲੀ ਸੀ ਤੇ ਸਭ ਤੋਂ ਪਹਿਲਾ ਸਵਾਲ ਤਾਂ ਸੀ ਅੱਜ ਉਹਨਾਂ ਦੀ ਤਰੀਕ ਸੀ ਤੇ ਸਿੱਧੂ ਸਾਹਿਬ ਨੂੰ ਇਹ ਪੁੱਛਦਿਆਂ ਵੀ ਅੱਜ ਸਟੇ ਦੇ ਉੱਪਰ ਮਾਨਯੋਗ ਹਾਈ ਕੋਰਟ ਦਾ ਕੀ ਰੁਖ ਰੁਝਾਨ ਲਿਆ ਅੱਜ ਸਟੇਟ ਨੇ ਜਿਹੜਾ ਹੈ ਆਪਣਾ ਜਵਾਬ ਦੇਣਾ ਸੀ ਜੀ ਪਰ ਉਹਨਾਂ ਨੇ ਜਵਾਬ ਲਈ ਟਾਈਮ ਮੰਗਿਆ ਇਸ ਕਰਕੇ ਅਗਲੀ ਤਰੀਕ ਜਿਹੜੀ ਹੈ ਉਹ 15 ਤਰੀਕ ਪੈ ਗਈ ਹੈ ਤੇ 15 ਤਰੀਕ ਤੱਕ ਪਰ ਸਟੇਜ ਜਿਹੜੀ ਹੈ ਉਹ ਜਾਰੀ ਰਹੇਗੀ ਮਤਲਬ ਉਹਦੇ ਤੇ ਹਲੇ ਕੋਈ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੇਗੀ ਨਹੀਂ ਹਲੇ ਬਿਲਕੁਲ ਉਸੇ ਤਰ੍ਹਾਂ ਜਿਹੜੀ ਰੋਕ ਹੈ ਉਹ ਜਾਰੀ ਰਹੇਗੀ ਤੇ ਜਿਹੜੀ ਕੰਟੈਂਪਟ ਦੀ ਗੱਲ ਹੋਈ ਸੀ ਡਿਪਾਰਟਮੈਂਟ ਆਫ ਹਾਇਰ এডੂਕੇਸ਼ਨ ਨੇ ਕੁਝ ਰਿਜ਼ਲਟ ਜਦੋਂ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਨਿਰਦੇਸ਼ ਦਿੱਤੇ ਹੋਏ ਨੇ ਕਿ ਤੁਸੀਂ ਕੁਝ ਵੀ ਨਾ ਕਰੋ ਉਹਨਾਂ ਨੇ ਇੰਗਲਿਸ਼ ਹਿੰਦੀ ਪੰਜਾਬੀ ਦੇ ਨਤੀਜੇ ਕੋਸ਼ਿਸ਼ ਕੀਤੇ ਬਾਅਦ ਵਿੱਚ ਉਹ ਵਾਪਸ ਵੀ ਲੈ ਲੇ ਪਰ ਉਹ ਜਿਹੜੇ ਬੰਦਿਆਂ ਨੂੰ ਫਾਇਦਾ ਹੋਇਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਜੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਸਸਪੀਸ਼ੀਅਸ ਹੈਗਾ ਉਹਦੇ ਬਾਰੇ ਹਾਈ ਕੋਰਟ ਦਾ ਕੀ ਰੁਖ ਹੈਗਾ ਉਹਦੀ ਹਲੇ ਸੁਣਵਾਈ ਹੋਣੀ ਹੈ ਜੀ ਉਹ ਕੱਲ ਨੂੰ 14 ਤਰੀਕ ਨੂੰ ਲੱਗਿਆ ਹੋਇਆ ਕੇਸ ਉਹ ਤੇ ਉਹਦੇ ਵਿੱਚ ਅਸੀਂ ਇਹੀ ਸਵਾਲ ਕਰ ਰਹੇ ਹਾਂ ਕਿ ਜਿਹੜੀਆਂ ਇਹਨਾਂ ਨੇ ਲਿਸਟਾਂ ਨੇ ਉਹ ਕਿਉਂ ਪਾਈਆਂ ਨੇ ਔਰ ਇਹ ਵੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਪਹੁੰਚੀ ਸੀ ਕਿ ਤਾਂ 3 ਤਰੀਕ ਨੂੰ ਜਦੋਂ ਸਟੇ ਦਾ ਜਿਹੜਾ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿਉਂਕਿ ਡਿਪਾਰਟਮੈਂਟ ਦਾ ਜਿਹੜਾ ਹੈਗਾ ਕਰਮਚਾਰੀ ਵੀ ਅਦਾਲਤ ਵਿੱਚ ਮੌਜੂਦ ਸੀ ਬਾਕੀ ਜਿਹੜਾ ਵਕੀਲ ਨੇ ਸਟੇ ਡਿਵਲੋਪਮੈਂਟ ਦੇ ਉਹ ਨਾਲ ਦੀ ਨਾਲ ਦੱਸ ਦੇ ਨੇ ਤਾਂ ਉਸ ਦਿਨ ਮਤਲਬ ਰਾਤ ਨੂੰ ਮੇਰੇ ਖਿਆਲ 11 12 ਵਜੇ ਤੱਕ ਵੀ ਉਹ ਜਿਹੜੇ ਅਪੁਆਇੰਟਮੈਂਟ ਲੈਟਰ ਦਿੰਦੇ ਰਹੇ ਨੇ ਤਾਂ ਬਿਲਕੁਲ ਇਹ ਕੋਰਟ ਦੀ ਕੰਟੈਂਪਟ ਹੈ ਉਹ ਅਸੀਂ ਕੱਲ ਨੂੰ ਉਹ ਦਰਖਾਸਤ ਲਾਈ ਹੋਈ ਹੈ ਤੇ ਕੱਲ ਨੂੰ ਉਸ ਨੂੰ ਜਿਹੜੇ ਮਾਨਯੋਗ ਹਾਈ ਕੋਰਟ ਨੇ ਉਹ ਤੇ ਸੁਣਵਾਈ ਕਰਨੀ ਹੈ ਜੀ ਵਕੀਲ ਸਾਹਿਬ ਤੁਸੀਂ ਤਾਂ ਹੁਣ ਇਸ ਕੇਸ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹੋਵੋਗੇ ਤੁਹਾਡਾ ਇਹ ਮਤਲਬ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਦੇਣ ਤੋਂ ਲੈ ਕੇ ਪੇਪਰ ਲੈਣਾ ਸਕਰੂਟੀ ਕਰਨੀ ਲਿਸਟਾਂ ਬਣਾਉਣੀਆਂ ਜੋ ਵੀ ਕਾਰਵਾਈ ਰਹੀ ਆ ਉਹਦੇ ਤੱਕ ਹੁਣ ਤੱਕ ਤੁਹਾਡੀ ਕੀ ਆਬਜ਼ਰਵੇਸ਼ਨ ਆ ਤੁਹਾਨੂੰ ਕੀ ਲੱਗ ਰਿਹਾ ਕਿ ਸਰਕਾਰ ਕਰਨਾ ਕੀ ਚਾਹੁੰਦੀ ਆ ਔਰ ਉਹਦਾ ਪਿੱਛੇ ਮਨੋਰਥ ਕੀ ਲੱਗ ਰਿਹਾ ਤੁਹਾਨੂੰ ਦੇਖੋ ਮਨੋਰਥ ਬਹੁਤ ਸਾਰੇ ਜਿਹੜੀ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲੱਗ ਰਹੇ ਨੇ ਪਰ ਜਿਸ ਤਰੀਕੇ ਨਾਲ ਇਹ ਸਾਰੀਆਂ ਪੋਸਟਾਂ ਦੀ ਜਿਹੜੀ ਰਿਕਰੂਟਮੈਂਟ ਦਾ ਪ੍ਰੋਸੈਸ ਜਿਹੜੀ ਸਰਕਾਰ ਚਲਾ ਰਹੀ ਹੈ ਉਹ ਇੰਨੀ ਕਾਲੀ ਛੋਰੀਆ ਕਿ ਬਹੁਤ ਕੁਝ ਜਿਹੜਾ ਹੈ ਜਿਹੜੇ ਯੋਗ ਕੈਂਡੀਡੇਟ ਨਾਲ ਧੱਕਾ ਹੋ ਰਿਹਾ ਕੁਝ ਅਯੋਗ ਵੀ ਇਨ ਕਰ ਗਏ ਨੇ ਤੇ ਜਿਵੇਂ ਮੈਂ ਇੱਥੇ ਜ਼ਫਰਨਾਮੇ ਦਾ ਮੈਂ ਜੇ ਜ਼ਿਕਰ ਕਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਚੇ ਚੇ ਖੁਸ਼ ਕੁਫਤਮ ਫਿਰਦौसीਏ ਖੁਸ਼ ਜ਼ਬਾਨ ਸ਼ਿਤਾਬੀ ਬਬਦਕਾਰੇ ਅਹਰਮਨਾ ਮਤਲਬ ਗੁਰੂ ਗੋਬਿੰਦ ਸਿੰਘ ਜ਼ਫਰਨਾਮੇ ਚ ਅਰੰਗਜੇਬ ਨੂੰ ਕਹਿੰਦੇ ਨੇ ਕਿ ਤੂੰ ਉਸ ਖੁਸ਼ ਜ਼ੁਬਾਨ ਜਿਹੜੇ ਮਿੱਠਾ ਬੋਲਣ ਵਾਲੇ ਫਿਰਦੌਸੀ ਨੂੰ ਸੁਣ ਉਹ ਵੀ ਕਹਿ ਰਿਹਾ ਕਿ ਕਾਲੀ ਕਰਨਾ ਸ਼ੈਤਾਨ ਦਾ ਕੰਮ ਹੈ ਤਾਂ ਜਦੋਂ ਵੀ ਕੋਈ ਕਾਲੀ ਕਰਦਾ ਹੈ ਉੱਥੇ ਸ਼ੈਤਾਨੀ ਤਾਂ ਹੁੰਦੀ ਹੈ ਤੇ ਇਹਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਕਾਲੀ ਚ ਜੋ ਜੋ ਸ਼ੈਤਾਨੀਆਂ ਹੋਈਆਂ ਨੇ ਜਾਂ ਫਿਰ ਜੋ ਨਲਾਇਕੀਆਂ ਹੋਈਆਂ ਨੇ ਉਹ ਇੰਨੀਆਂਕ ਜ਼ਿਆਦਾ ਨੇ ਕਿ ਲਗਭਗ ਹਰ ਪੋਸਟ ਤੇ ਜਿਹੜੀ ਹੈ ਉਹ ਇੱਕ ਰਿੱਟ ਬਣਦੀ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੁਸੀਂ ਜੇ ਦੇਖੋ ਉਹਨਾਂ ਨੇ ਜਿਹੜਾ ਵੂਮਨ ਕੋਟਾ ਜਿਹੜਾ ਹੈਗਾ 2020 ਦੇ ਜਿਹੜੇ ਰੂਲ ਨੇ ਉਹ ਗਲਤ ਅਪਲਾਈ ਕਰਤੇ ਨੇ ਜਿਵੇਂ ਉਹਦੇ ਵਿੱਚ ਰੂਲ ਇਹ ਹੈ ਕਿ 33% ਦੇਖਿਆ ਜਾਊਗਾ ਕਿ ਇੱਕ ਕੈਟਾਗਰੀ ਦੇ ਵਿੱਚ ਜੇ ਜੜੀਆਂ ਫੀਮੇਲ ਕੈਂਡੀਡੇਟ ਨੇ ਜੋ 33% ਆਗੀਆਂ ਨੇ ਤਾਂ ਉਹਦੀ ਕੋਈ ਅਲੱਗ ਤੋਂ ਲਿਸਟ ਨਹੀਂ ਬਣੇਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀ ਕੀਤਾ ਕਿ ਮੰਨ ਲਓ 20 ਪੋਸਟਾਂ ਨੇ ਜਨਰਲ ਕੈਟਾਗਰੀ ਦੀਆਂ 20 ਚੋਂ ਮੰਨ ਲਓ 15 ਕੁੜੀਆਂ ਜਿਹੜੀਆਂ ਹੈ ਉਹ ਕੁਆਲੀਫਾਈ ਕਰ ਗਈਆਂ 15 ਉਹ ਰੱਖਿਆ ਬਾਕੀ ਅਲੱਗ ਤੋਂ ਜਿਹੜੀ ਰਿਜ਼ਰਵੇਸ਼ਨ ਸੀ ਉਹ ਅਲੱਗ ਤੋਂ ਲਿਸਟ ਬਣاتی ਹੈ ਉਹਦੇ ਨਾਲ ਕੀ ਹੋਇਆ ਕਿ ਬਹੁਤ ਸਾਰੇ ਫੀਮੇਲ ਕੈਂਡੀਡੇਟ ਜਿਨ੍ਹਾਂ ਦੇ ਮੇਲ ਕੈਂਡੀਡੇਟ ਨਾਲੋਂ ਬਹੁਤ ਘੱਟ ਨੰਬਰ ਨੇ ਉਹ ਵੀ ਕੁਆਲੀਫਾਈ ਕਰ ਗਏ ਨੇ ਤੋਂ ਉਹ ਜਿਹੜੇ ਜਿਨ੍ਹਾਂ ਨਾਲ ਇਸ ਤਰ੍ਹਾਂ ਤੱਕਾ ਹੋਇਆ ਉਹ ਤਾਂ ਹਾਈ ਕੋਰਟ ਆਉਣ ਗਈ ਸਰਕਾਰ ਇਹ ਕਹਿ ਰਹੀ ਹੈ ਕਿ ਬਈ ਹਾਈ ਕੋਰਟ ਨਹੀਂ ਜਿਹੜੀ ਹੈਗੀ ਆ ਪਰਤੀ ਸਿਰੇ ਲੱਗਣ ਦੇ ਰਹੀ ਜਿਵੇਂ ਇਹਨਾਂ ਨੇ ਪਹਿਲਾਂ ਡਰੱਗਸ ਦੇ ਮਾਮਲੇ 'ਚ ਵੀ ਇਹ ਇਲਜ਼ਾਮ ਲਾਇਆ ਕਿ ਜੀ ਹਾਈ ਕੋਰਟ ਨਹੀਂ ਕਾਰਵਾਈ ਕਰ ਰਿਹਾ ਹਾਲਾਂਕਿ ਹਾਈ ਕੋਰਟ ਨੇ ਪਿਛਲੀ ਤਰੀਕ ਤੇ ਸਾਫ਼ ਕਹਿਤਾ ਸੀ ਕਿ ਬਈ ਅਸੀਂ ਤਾਂ ਡਰੱਗਸ 'ਤੇ ਕਾਰਵਾਈ ਕਰਨ ਤੋਂ ਰੋਕਿਆ ਨਹੀਂ ਉਹੀ ਹੁਣ ਇਹ ਜਿਹੜਾ ਸਾਰਾ ਭਾਰ ਹੈ ਉਹ ਹਾਈ ਕੋਰਟ ਤੇ ਸੁੱਟ ਰਹੇ ਨੇ ਤੇ ਜਿਹੜੇ ਕੈਂਡੀਡੇਟ ਸਿਲੈਕਟ ਹੋਏ ਨੇ ਉਹ ਵੀ ਨੈਚੁਰਲ ਹੈ ਕਿ ਉਹ ਵੀ ਅਗਰੀਵਡ ਫੀਲ ਕਰਦੇ ਨੇ ਕਿ ਭਈ ਹਾਈ ਕੋਰਟ ਧੱਕਾ ਕਰ ਰਹੀ ਹੈ ਪਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਜਿਹੜੇ ਰਹਿ ਗਏ ਨੇ ਉਹਨਾਂ ਨਾਲ ਵੀ ਧੱਕਾ ਹੋਇਆ ਤਾਂ ਪੂਰੀ ਕੋਸ਼ਿਸ਼ ਸਾਡੀ ਇਹ ਹੈ ਕਿ ਭਰਤੀ ਜਿਹੜੀ ਹੈ ਉਹ ਸਿਰੇ ਚੜ ਤੇ ਲਿਸਟਾਂ ਜਿਹੜੀਆਂ ਨੇ ਕਾਨੂੰਨ ਮੁਤਾਬਕ ਬਣਨ ਸਹੀ ਬਣਨ ਫਿਰ ਜਿਹੜਾ ਬੰਦਾ ਯੋਗ ਹੈ ਉਹ ਨੌਕਰੀ ਮਿਲ ਜਾਵੇ ਜਿਹੜਾ ਰਹਿ ਗਿਆ ਉਹ ਰਹਿ ਗਿਆ ਪਰ ਜਿਹੜਾ 25 ਸਾਲ ਤੁਸੀਂ ਪਹਿਲਾਂ ਪੋਸਟਾਂ ਨਹੀਂ ਕੱਢ ਰਹੇ ਤੁਹਾਡੀ ਪਹਿਲਾਂ ਸਰਕਾਰ ਰਹਿ ਚੁੱਕੀ ਆ ਉਸ ਤੋਂ ਬਾਅਦ 10 ਸਾਲ ਇਕੱਲੇ ਰਹਿ ਗਏ ਫਿਰ ਤੁਸੀਂ 5 ਸਾਲ ਆ ਗਏ ਹੋ ਸਾਢੇ 4 ਸਾਲ ਤੁਸੀਂ ਸੁੱਤੇ ਰਹੇ ਹੁਣ ਤੁਸੀਂ ਸਿਰਫ ਆਪਣੇ ਸਿਰਫ ਇਹ ਭਰਤੀ ਨੂੰ ਪੂਰੀ ਕਰ ਰਹੇ ਹੋ ਉਹ ਵੀ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਤੇ ਤੁਹਾਨੂੰ ਵੀ ਪਤਾ ਹੈ ਕਿ ਰਿੱਟਾਂ ਪਹਿਣਗੀਆਂ ਤੁਸੀਂ ਸਿਰਫ ਇੱਕ ਇਸ਼ਤਿਹਾਰਾਂ ਤੇ 1158 ਜਿਹੜੀਆਂ ਵੀ ਅਸੀਂ ਕਾਲਜਾਂ ਦੇ ਵਿੱਚ ਲੈਕਚਰਰ ਭਰਤੀ ਕਰ ਲਏ ਇਹ ਤੁਸੀਂ ਇਸ਼ਤਿਹਾਰ ਦੇਣ ਲਈ ਚੋਣਾਂ ਤੋਂ ਪਹਿਲਾਂ ਇਹ ਤੁਸੀਂ ਜਿਹੜਾ ਸ਼ਰਿਆਮ ਨੌਜਵਾਨਾਂ ਦੇ ਭਵਿੱਖ ਨਾਲ ਤੁਸੀਂ ਖਿਲਵਾੜ ਕਰ ਰਹੇ ਹੋ ਇਹ ਇੱਕ ਜ਼ਿੰਮੇਵਾਰ ਸਰਕਾਰ ਦੇ ਕੰਮ ਨਹੀਂ ਹੈ ਬਹੁਤ ਨਲਕੀ ਹੈ ਔਰ ਅਸੀਂ ਕੱਲ ਨੂੰ ਪੂਰੀ ਇਸ ਜ਼ੋਰਦਾਰ ਬਹਿਸ ਕਰਾਂਗੇ ਕਿ ਜਿਹੜੇ ਵੀ ਸਬੰਧਤ ਜਿਹੜੇ ਅਧਿਕਾਰੀ ਨੇ ਉਹਨਾਂ ਖਿਲਾਫ ਕਾਰਵਾਈ ਹੋਵੇ ਤੇ ਇਹਦੀ ਇੱਕ ਇੰਡੀਪੈਂਡੈਂਟ ਇਨਕੁਆਰੀ ਜਿਹੜੀ ਹੈ ਉਹ ਕੀਤੀ ਜਾਵੇ ਤਕੀਏ ਜਿਹੜੀ ਕੰਟੈਂਪਟ ਹੈਗੀ ਆ ਉਹ ਸੈਕਟਰੀ ਆਜੂਕੇਸ਼ਨ ਦੇ ਖਿਲਾਫ ਬਾਇ ਨੇਮ ਹੈਗੀ ਆ ਜਾਂ ਉਹਦੇ ਅਹੁਦੇ ਤੇ ਹੈਗੀ ਆ ਨਹੀਂ ਜੋ ਕੰਟੈਂਪਟ ਹੁੰਦੀ ਆ ਬਾਇ ਨੇਮ ਹੁੰਦੀ ਆ ਜੀ ਜੋ ਇਸ ਦੇ ਵਿੱਚ ਕੱਲ ਵਾਲੀ ਜਿਹੜੀ ਕੰਟੈਂਪਟ ਆ ਉਹਦੇ ਵਿੱਚ ਪਹਿਲੇ ਜਿਹੜੇ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਉਸ ਤੋਂ ਬਾਅਦ ਜਿਹੜੇ ਆਪਣਾ ਡੀਪੀਆਈ ਕਾਲਜੇਜ ਨੇ ਸ਼ਾਇਦ ਪਰਮਜੀਤ ਸਿੰਘ ਇਹਨਾਂ ਦਾ ਨਾਮ ਤੇ ਔਰ ਜਿਹੜਾ ਬਦਲ ਗਏ ਉਹ ਤਾਂ ਬਦਲ ਗਏ ਹੁਣ ਤਾਂ ਸ਼ਾਇਦ ਓੰਕਾਰ ਸਿੰਘ ਆ ਚੁੱਕੇ ਨੇ ਹਾਂ ਤੇ ਹਾਂ ਉਹ ਮੈਂ ਫਾਈਲ ਦੇ ਵਿੱਚ ਮੈਂ ਹੁਣ ਜਵਾਨੀ ਯਾਰ ਦੀ ਹਾਂਜੀ ਔਰ ਜਿਹੜਾ ਤੀਸਰੇ ਵਾਈਸ ਚਾਂਸਲਰ ਨੇ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੇ ਕਿਉਂਕਿ ਇਹ ਲਿਸਟਾਂ ਜਿਹੜੀਆਂ ਨੇ ਇੰਗਲਿਸ਼ ਹਿੰਦੀ ਤੇ ਪੰਜਾਬੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੇਪਰ ਲਿਆ ਸੀ ਤੇ ਉਹ ਜਿਹੜੇ ਸ਼੍ਰੀ ਅਲਵਨ ਜੀ ਨੇ ਬਾਈ ਨੇਮ ਪਾਰਟੀ ਬਣੇ ਨੇ ਔਰ ਬਾਈ ਨੇਮ ਹੀ ਉਹਨਾਂ ਨੂੰ ਪੇਸ਼ ਹੋਣਾ ਪਏਗਾ ਜੋ ਕੋਈ ਐਫੀਡੇਵਿਟ ਦੇਣਾ ਕੋਰਟ ਦੇ ਵਿੱਚ ਜਾਂ ਵਕੀਲ ਕਰਨਾ ਉਹ ਆਪਾਂ ਨੂੰ ਉਹਨਾਂ ਨੂੰ ਜਿਹੜਾ ਬਾਈ ਨੇਮ ਕਰਨਾ ਪਏਗਾ ਅ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੋਈ ਹੋਰ ਗੱਲ ਜਿਹੜੀ ਜ਼ਰੂਰੀ ਲੱਗਦੀ ਹੈ ਤੁਹਾਨੂੰ ਕਿਉਂਕਿ ਮੈਨੂੰ ਲੀਗਲੀ ਜ਼ਿਆਦਾ ਨੌਲੇਜ ਨਹੀਂ ਹੈਗੀ ਪਰ ਕੋਈ ਦੱਸਣ ਵਾਲੀ ਚੀਜ਼ ਹੈਗੀ ਤੁਸੀਂ ਦੱਸਣਾ ਚਾਹੋ ਪਲੀਜ਼ ਅ ਦੇਖੋ ਕਾਨੂੰਨ ਜੋ ਹੈ ਜਾਂ ਫੈਸਲਾ ਹੁੰਦਾ ਸਭ ਦੇ ਸਾਹਮਣੇ ਆ ਜਾਣਾ ਮੈਂ ਸਿਰਫ ਜਿਹੜੇ ਨੌਜਵਾਨ ਐਂਗਜ਼ਾਈਟੀ ਲੈ ਰਹੇ ਨੇ ਮੈਂ ਸਿਰਫ ਉਹਨਾਂ ਨੂੰ ਕਹਿਣਾ ਚਾਹੁੰਗਾ ਕਿ ਇੱਕ ਦੂਜੇ ਦੇ ਖਿਲਾਫ ਜਿਹੜਾ ਮੈਂ ਦੇਖ ਰਿਹਾ ਫੇਸਬੁੱਕ ਤੇ ਪੋਸਟਾਂ ਪੈ ਰਹੀਆਂ ਨੇ ਉਹ ਨਾ ਪਾਓ ਕਿਉਂਕਿ ਸਭ ਨਾਲ ਤੱਕਾ ਹੋ ਰਿਹਾ ਜਿਹੜੇ ਸਿਲੈਕਟ ਹੋ ਰਹੇ ਨੇ ਉਹਨਾਂ ਨਾਲ ਵੀ ਤੱਕਾ ਹੋ ਰਿਹਾ ਜਿਹੜੇ ਰਹਿ ਗਏ ਉਹਨਾਂ ਨਾਲ ਵੀ ਤੱਕਾ ਹੋ ਰਿਹਾ ਉਹ ਇਸ ਕਰਕੇ ਬਜਾਏ ਤੁਸੀਂ ਇੱਕ ਦੂਸਰੇ ਦੇ ਖਿਲਾਫ ਬੋਲਣ ਦੇ ਤੁਸੀਂ ਸਰਕਾਰ ਖਿਲਾਫ ਬੋਲੋ ਜਿਹੜਾ ਤੁਹਾਡੇ ਨਾਲ ਭੂਖ ਨਾਲ ਖਿਲਵਾੜ ਕਰ ਰਹੀ ਹੈ ਔਰ ਦੂਸਰਾ ਤੁਸੀਂ ਭਰੋਸਾ ਰੱਖੋ ਕਾਨੂੰਨ ਤੇ ਜੋ ਸਹੀ ਕਾਨੂੰਨ ਹੈ ਉਹੀ ਜਿਹੜੀ ਕਾਰਵਾਈ ਹੋਏਗੀ ਕਿਸੇ ਨਾਲ ਤੱਕਾ ਨਹੀਂ ਹੋਏਗਾ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਤੁਸੀਂ ਸਾਨੂੰ ਇੰਨਾ ਕੀਮਤੀ ਸਮਾਂ ਦਿੱਤਾ ਔਰ ਆਪਣੇ ਸਹੀ ਵਿਚਾਰ ਰੱਖ ਕੇ ਸਾਂਝੇ ਕੀਤੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜਗਤਾਰ ਜੀ ਨੇ ਬੜੀ ਸੋਹਣੀ ਗੱਲ ਕਹੀ ਆ ਕਿ ਤੁਸੀਂ ਇੱਕ ਦੂਜੇ ਨਾਲ ਨਾ ਲੜੋ ਜਿਨ੍ਹਾਂ ਦੇ ਪੇਪਰ ਹੋ ਚੁੱਕੇ ਨੇ ਔਰ ਜੋ ਪਾਸ ਹੋ ਗਏ ਨੇ ਹਨਾ ਨੰਬਰ ਮੂਰੇ ਆ ਗਏ ਔਰ ਜਿਨ੍ਹਾਂ ਦਾ ਨੰਬਰ ਨਹੀਂ ਆਇਆ ਇੱਕ ਧਿਰ ਨਾ ਬਣੋ ਕਿਉਂਕਿ ਸਰਕਾਰ ਇਹੀ ਚਾਹੁੰਦੀ ਆ ਕਿ ਤੁਸੀਂ ਇੱਕ ਦੂਜੇ ਨਾਲ ਲੜੋ ਤੇ ਇਸ ਤਰ੍ਹਾਂ ਦੀਆਂ ਕੁਝ ਹੋਰ ਸਮੱਸਿਆਵਾਂ ਦਰਪੇਸ਼ ਹੋਣ ਕੋਰਟ ਨੂੰ ਵੀ ਹੋਣ ਤੇ ਕੁਛ ਨਾ ਕੁਛ ਨਵਾਂ ਵਾਪਰੇ ਔਰ ਉਹ ਆਪਣਾ ਪੱਲਾ ਛੁਡਾ ਕੇ ਨਿਕਲ ਜਾਣ ਵਕੀਲ ਸਾਹਮਣੇ ਵੀ ਕਿਹਾ ਕਿ ਕੋਰਟ ਵੀ ਇਹੀ ਚਾਹੁੰਦੀ ਆ ਕਿ ਨਿਯੁਕਤੀਆਂ ਹੋਣ ਪਰ ਜੋ ਸੱਚ ਹੈ ਉਹ ਵੀ ਸਾਹਮਣੇ ਆਵੇ ਔਰ ਸਾਰਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਨੌਕਰੀ ਦਾ ਹੱਕ ਉਸੇ ਦਾ ਜੋ ਹੱਕਦਾਰਾਂ ਲਿਸਟਾਂ ਕਿਵੇਂ ਬਣੀਆਂ ਨੇ ਟੈਸਟ ਕਿਵੇਂ ਹੋਏ ਨੇ ਇਹਦੇ ਉੱਤੇ ਅਦਾਲਤ ਗੌਰ ਕਰ ਰਹੀ ਆ ਸਾਨੂੰ ਸਬਰ ਰੱਖ ਕੇ ਅਦਾਲਤ ਦੇ ਉੱਪਰ ਵਿਸ਼ਵਾਸ ਰੱਖਣਾ ਚਾਹੀਦਾ ਕਿਉਂਕਿ ਲੋਕਤੰਤਰਾਂ ਜੋ ਬੰਦੇ ਅਦਾਲਤ ਵਿੱਚ ਆਏ ਨੇ ਉਹ ਆਪਣਾ ਹੱਕ ਸਮਝ ਕੇ ਆਏ ਨੇ ਕਿ ਸਾਡਾ ਸੰਵਿਧਾਨ ਉਹਨਾਂ ਨੂੰ ਹੱਕ ਦਿੰਦਾ ਤਾਂ ਉਹ ਹੱਕ ਦਾ ਉਹਨਾਂ ਨੂੰ ਵਰਤਣਾ ਮਤਲਬ ਵਰਤਣ ਦੋ ਮੈਂ ਤਾਂ ਇਹੀ ਕਹੂੰਗਾ ਔਰ ਜੋ ਕ੍ਰਿਸ਼ਨ ਕੁਮਾਰ ਜੀ ਕਰ ਰਹੇ ਨੇ ਉਹਨਾਂ ਦਾ ਜੋ ਵੀ ਸਰਕਾਰ ਨੂੰ ਮਨਜੋਗ ਅਦਾਲਤ ਨੂੰ ਲੱਗੇਗਾ ਕਿ ਕਨਟੈਂਪਟ ਕੀਤੀ ਆ ਔਰ ਆਈਐਸ ਅਫਸਰ ਇਹ ਤਾਂ ਹੈ ਨਹੀਂ ਕਿ ਪਹਿਲੀ ਵਾਰ ਵਿਦਿਆਰਥੀ ਨਾਲ ਡੀਲ ਕਰ ਰਹੇ ਨੇ ਪਹਿਲਾਂ ਉਹ ਬਹੁਤ ਲੰਮਾ ਸਮਾਂ ਸਕੂਲ ਐਜੂਕੇਸ਼ਨ ਦੇ ਵੀ ਸੈਕਟਰੀ ਰਹੇ ਨੇ ਸੋ ਉਹਨਾਂ ਨੂੰ ਪਤਾ ਹੈਗਾ ਕੋਰਟ ਕੇਸਸ ਨੂੰ ਕਿਵੇਂ ਡੀਲ ਕਰਨਾ ਹੁੰਦਾ ਔਰ ਕਨਟੈਂਪਟ ਬਣਦੀ ਹੈਗੀ ਆ ਔਰ ਮੈਂ ਵਾਈਸ ਚਾਂਸਲਰ ਅਰਵਿੰਦ ਜੀ ਨੂੰ ਵੀ ਕਹਾਂਗਾ ਕਿ ਜਦੋਂ ਸਾਡੀ ਮੁਲਾਕਾਤ ਹੋਈ ਸੀ ਤੁਸੀਂ ਕਿਹਾ ਸੀਗਾ ਕਿ ਮੈਂ ਜਿਹੜੀ ਕ腐ਸ਼ਨ ਹੈਗੀ ਆ ਉਹਨੂੰ ਖਤਮ ਕਰਾਂਗਾ ਤਾਂ ਮੇਰਾ ਸਵਾਲ ਸੀ ਕਿ ਤੁਸੀਂ ਜਿਹੜੀ ਵਿਦਿਅਕ ਕ腐ਸ਼ਨ ਹੈਗੀ ਆ ਉਹਨੂੰ ਕਿਵੇਂ ਦੂਰ ਕਰੋਗੇ ਤੁਸੀਂ ਕਹਿਆ ਸੀ ਮੈਂ ਬਹੁਤ ਸਖਤੀ ਨਾਲ ਕਰਾਂਗਾ ਪਰ ਤੁਹਾਡੇ ਤੇ ਹੁਣ ਵਿਦਿਅਕ ਕ腐ਸ਼ਨ ਹੋ ਜਾਣ ਦੇ ਕਰਨ ਦੇ ਦੋਸ਼ ਲੱਗ ਰਹੇ ਨੇ ਇਹ ਮੈਂ ਕਹਨਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਇੱਕ ਵਾਈਸ ਚਾਂਸਰ ਨੂੰ ਇੰਨਾ ਸਵਾਲਾਂ ਵਿੱਚ ਘੇਰੇ ਦੇ ਵਿੱਚ ਆਉਣਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਲੇ ਵਾਈਸ ਚਾਂਸਰ ਵੀ ਇਸ ਵਿੱਚ ਪਾਰਟੀ ਹੈਗੇ ਨੇ ਜਾਂ ਨਹੀਂ ਨੇ ਉਹ ਇਸ ਕਰਕੇ پارٹی ਨਹੀਂ ਹੈ ਕਿਉਂਕਿ ਉਹਨਾਂ ਨੇ ਜਿਹੜੀ ਸਟੇ ਤੋਂ ਬਾਅਦ ਕੋਈ ਉਹਨਾਂ ਨੇ ਕੋਈ ਲਿਸਟ ਅਪਡੇਟ ਨਹੀਂ ਕੀਤੀ ਹੈ ਸਿਰਫ ਪੰਜਾਬੀ ਉਸੀ ਪਟਿਆਲਾ ਨੇ ਇਹ ਲਿਸਟਾਂ ਅਪਡੇਟ ਕੀਤੀਆਂ ਨੇ ਕਿਉਂਕਿ ਪੇਪਰ ਇਹਨਾਂ ਨੇ ਲਏ ਸੀ ਇਹ ਹੁਣ ਆ ਕੇ ਉਹ ਦੱਸਣਗੇ ਕਿ ਇਹ ਲਿਸਟਾਂ ਉਹਨਾਂ ਨੇ ਡਿਪਾਰਟਮੈਂਟ ਨੂੰ ਦਿੱਤੀਆਂ ਸੀ ਉਹਨਾਂ ਨੇ ਅਪਲੋਡ ਕਰਨ ਲਈ ਕਿਹਾ ਸੀ ਉਹਨਾਂ ਨੇ ਅਪਲੋਡ ਕੀਤੀਆਂ ਨੇ ਜਾਂ ਕਿਉਂਕਿ ਉਹਦਾ ਜਿਹੜਾ ਕੰਟਰੋਲ ਤਾਂ ਉਹ ਕਮੇਟੀ ਕੋਲੀ ਹੈ ਉਹ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਵਾਈਸ ਚਾਂਸਲਰ ਨੇ ਤਾਂ ਇਸ ਕਰਕੇ ਲਿਸਟਾਂ ਮੇਰੇ ਸਾਹਬ ਨਾਲ ਤਾਂ ਜਿਹੜੀਆਂ ਅਪਲੋਡ ਜੋ ਯੂਨੀਵਰਸਿਟੀ ਦੀ ਵੱਲੋਂ ਹੀ ਹੋਈਆਂ ਨੇ ਪਰ ਇਹ ਰਿਕਾਰਡ ਆਉਣ ਤੇ ਪਤਾ ਲੱਗੇਗਾ ਕਿ ਕਿੰਨਾ ਵੱਲੋਂ ਹਾਂਜੀ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖਦੇ ਰਹੋ ਪੰਜਾਬ ਨਵਾ ਮੈਂ ਗੁਰਮਿੰਦਰ ਸਮਦ ਥੈਂਕ ਯੂ ਵੈਰੀ ਮਚ